ਸਾਰੀਆਂ ਜੰਟਾਂ ਤੇ ਐਮਐਸਪੀ ਲੈ ਕੇ ਰਹਾਂਗੇ। ਕਿਸਾਨ ਵਿਰੋਧੀ ਕਾਨੂੰਨਾਂ ਨੂੰ ਲੈ ਕੇ ਜਿੱਥੇ ਵੱਡੀ ਗਿਣਤੀ ਵਿੱਚ ਕਿਸਾਨਾਂ ਵੱਲੋਂ ਅੰਦੋਲਨ ਟੂ ਸ਼ੁਰੂ ਕੀਤਾ ਗਿਆ ਹੈ, ਉਸੇ ਲਹਿਰ ਤਹਿਤ ਦੇਸ਼ ਭਰ ਵਿੱਚ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਖਿਲਾਫ਼ ਰੋਸ ਜ਼ਾਹਰ ਕੀਤਾ ਜਾ ਰਿਹਾ ਹੈ। ਇਸੇ ਲੜੀ ਦੇ ਤਹਿਰਿਆਂ ਅੱਜ ਜ਼ਿਲ੍ਹਾ ਤਰਨ ਤਾਰਨ ਦੇ ਭਾਜਪਾ ਦਫ਼ਤਰ ਬਾਹਰ ਕਿਸਾਨ ਸੰਯੁਕਤ ਕਿਸਾਨ ਮੋਰਚੇ ਵੱਲੋਂ ਧਰਨਾ ਦਿੱਤਾ ਗਿਆ ਹੈ। ਅੱਜ ਅਸੀਂ ਇਹਨਾਂ ਨਾਲ ਗੱਲ ਕਰਾਂਗੇ ਕਿਸਾਨਾਂ ਨਾਲ। ਤੁਹਾਡਾ ਕੀ ਨਾਮ ਹੈ ਔਰ ਕੀ ਕਹਿਣਾ? ਗੁਰਚਰਨ ਸਿੰਘ ਸਵਰਾਜ। ਭਾਈ, ਤੁਹਾਡਾ ਧਰਨਾ ਲਗਾਇਆ ਗਿਆ, ਕੀ ਕਹਿਣਾ ਚਾਹੁੰਦੇ ਹੋ, ਕੀ ਤੁਹਾਡੀ ਮੰਗਾਂ ਵਾ? ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਵਾ, ਐਮਐਸਪੀ ਲਾਗੂ ਕੀਤੀ ਜਾਵੇ, C2+50%, ਨਾਲ ਕਿਸਾਨ ਨੂੰ 10,000 ਰੁਪਈਆ ਪੈਨਸ਼ਨ ਦਿੱਤੀ ਜਾਵੇ, ਹੋਰ ਜਿਹੜੀਆਂ ਅਨੇਕਾਂ ਮੰਗਾਂ, ਕਿਉਂਕਿ ਉਹ ਅਸੀਂ ਬਹੁਤ ਵਾਰੀ ਦੁਹਰਾ ਚੁੱਕੇ ਹਾਂ, ਉਹ ਮੀਡੀਆ ਦੇ ਵਿੱਚ ਸਾਰੀਆਂ ਜਗ੍ਹਾ ਪਰ ਦੱਸੀਆਂ ਗਈਆਂ। ਅਤੇ ਇਸੇ ਤਰ੍ਹਾਂ ਕਿਸਾਨ ਜਿਹੜਾ ਵਾ ਉਹ ਦਿੱਲੀ ਵੱਲ ਗਏ ਆ, ਅਤੇ ਜਿਹੜੇ ਉਹਨਾਂ ਨੂੰ ਰਸਤੇ ਦੇ ਵਿੱਚ ਰੋਕਿਆ ਗਿਆ, ਉਸ ਰੋਸ ਦੇ ਵਿੱਚ, ਕਿਉਂਕਿ ਕਿਸੇ ਦਾ ਵੀ ਪ੍ਰਦਰਸ਼ਨ ਕਰਨ ਦਾ ਹੱਕ ਆ, ਉਸ ਵਿਰੋਧ ਦੇ ਵਿੱਚ ਅੱਜ ਅਸੀਂ ਟੋਲ ਪਲਾਜ਼ੇ ਵੀ ਬੰਦ ਕੀਤੇ ਆ, ਅਤੇ ਜਿਹੜੇ ਭਾਜਪਾ ਦੇ ਲੀਡਰ ਆ, ਆਗੂ ਆ, MLA ਆ, ਉਹਨਾਂ ਦੇ ਦਰਵਾਜ਼ਿਆਂ ਦੇ ਅੱਗੇ ਅੱਜ ਅਸੀਂ ਧਰਨੇ ਵੀ ਦਿੱਤੇ ਆ, ਤਾਂ ਕਿ ਕਿਸਾਨਾਂ ਦੀ ਗੱਲ ਜਿਹੜੀ ਆ ਸਰਕਾਰ ਤੱਕ ਪਹੁੰਚਾਈ ਜਾਵੇ। ਕਿਸਾਨ ਜਿਹੜੀਆਂ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ, ਸੰਵਿਧਾਨ ਮਾਰੂ ਨੀਤੀਆਂ, ਉਹਨਾਂ ਸਾਰੀਆਂ ਨੂੰ ਬੰਦ ਕਰਕੇ ਲੋਕ ਹਿੱਤਾਂ ਦੀ ਗੱਲ ਕੀਤੀ ਜਾਵੇ, ਸਰਕਾਰ ਜਿਹੜੀ ਆਪਣੀ ਜ਼ਿੰਮੇਵਾਰੀ ਨੂੰ ਪਛਾਣੇ, ਇਸ ਵਾਸਤੇ ਅਸੀਂ ਧਰਨੇ ਲਗਾ ਰਹੇ ਹਾਂ। ਅੱਜ ਤੁਸੀਂ ਇੱਥੇ ਧਰਨੇ ਵਿੱਚ ਸ਼ਾਮਿਲ ਹੋਏ ਜੇ, ਔਰ ਤੁਸੀਂ ਕੇਂਦਰ ਸਰਕਾਰ ਖਿਲਾਫ਼ ਰੋਸ ਜ਼ਾਹਰ ਕਰ ਰਹੇ, ਤੁਹਾਨੂੰ ਨਹੀਂ ਲੱਗਦਾ ਕਿ ਇਹ ਜਿਹੜਾ ਮਸਲਾ ਵਾ ਇਹ ਜਲਦ ਤੋਂ ਜਲਦ ਹੱਲ ਹੋਣਾ ਚਾਹੀਦਾ, ਇਹਦੇ ਨਾਲ ਦੇਸ਼ ਵਿੱਚ ਕਿੰਨਾ ਨੁਕਸਾਨ ਹੋ ਰਿਹਾ, ਕਿਸਾਨਾਂ ਦੀਆਂ ਜਾਨਾਂ ਜਾ ਰਹੀਆਂ ਵਾ, ਤੁਸੀਂ ਕੀ ਕਹਿਣਾ ਚਾਹੁੰਦੇ ਇਹਦੇ ਵਿੱਚ? ਦੇਖੋ ਜੀ, ਅਸੀਂ ਸੰਯੁਕਤ ਕਿਸਾਨ ਮੋਰਚਾ ਵੱਲੋਂ 16 ਤਰੀਕ ਨੂੰ ਭਾਰਤ ਬੰਦ ਕੀਤਾ, ਸਾਰੇ ਭਾਰਤ 'ਚ ਐਕਸ਼ਨ ਹੋਇਆ। ਉਹ ਤੋਂ ਪਹਿਲਾਂ ਵੀ ਦੇਸ਼ ਦੀਆਂ ਰਾਜਧਾਨੀਆਂ 'ਚ 3 ਦਿਨ ਲਗਾਤਾਰ ਰੋਸ ਚੱਲੇ ਸੰਯੁਕਤ ਕਿਸਾਨ ਮੋਰਚਾ ਵੱਲੋਂ। ਉਹ ਸਾਡੀਆਂ ਮੁੱਖ ਮੰਗਾਂ ਕੀ ਨੇ, ਵੀ ਦੇਸ਼ ਦਾ ਜਿਹੜਾ ਛੋਟਾ ਦਰਮਿਆਨਾ ਕਿਸਾਨ ਆ ਉਹ ਆਤਮ ਹੱਤਿਆ ਲਈ ਮਜਬੂਰ ਨਾ ਹੋਵੇ, ਇੱਥੋਂ ਦਾ ਮਜ਼ਦੂਰ ਜਿਹੜਾ ਸਭ ਤੋਂ ਵੱਧ ਮਿਹਨਤ ਕਰਦਾ ਉਹਨੂੰ ਵੀ ਕੋਈ ਰਜਵੀਂ ਰੋਟੀ ਮਿਲੇ। ਇਸੇ ਕਰਕੇ ਅਸੀਂ ਮੰਗ ਕਰਦੇ ਹਾਂ ਵੀ ਜਿਹੜਾ ਕਿਸਾਨ ਫਸਲ ਪੈਦਾ ਕਰਦਾ, ਜਿਹੜੀ ਵੀ ਫਸਲ ਪੈਦਾ ਕਰਦਾ, ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਜਿਹੜਾ ਸਰਕਾਰ ਨੇ ਬਣਾਇਆ ਸੀ ਉਹਦੇ ਅਨੁਸਾਰ ਉਹਨੂੰ MSP ਦਾ ਗਰੰਟੀ ਕਾਨੂੰਨ ਬਣਾਇਆ ਜਾਵੇ, ਔਰ ਹਰੇਕ ਮਜ਼ਦੂਰ ਕਿਸਾਨ ਜਦੋਂ ਬੁਢਾਪੇ ਜਾਂਦਾ ਉਹਦੀ ਘੱਟੋ ਘੱਟ ਪੈਨਸ਼ਨ 10,000, ਇੱਥੋਂ ਦੇ MP ਇੱਥੋਂ ਦੇ ਮੰਤਰੀ ਲੱਖਾਂ ਰੁਪਈਆ ਪੈਨਸ਼ਨ ਲੈਂਦੇ ਆ, ਬੜੀ ਬੜੀ ਅਫਸਰ ਚਾਹੀ 2-2-3-3 ਲੱਖ ਰੁਪਈਆ ਪੈਨਸ਼ਨ ਲੈਂਦੇ, ਕੀ ਕਿਸਾਨ ਮਜ਼ਦੂਰ ਦਾ 10,000 ਵੀ ਹੱਕ ਨਹੀਂ ਗਾ? ਇਸ ਤਰ੍ਹਾਂ ਸਾਡੇ ਬੱਚਿਆਂ ਦੀ ਐਜੂਕੇਸ਼ਨ ਆ ਉਹ ਮੁਫਤ ਅਤੇ ਲਾਜ਼ਮੀ ਅਤੇ ਬਰਾਬਰ ਹੋਣੀ ਚਾਹੀਦੀ ਆ, ਕੋਈ ਵੱਖਰੀ ਵੱਖਰੀ ਕਿਸਮ ਦੇ ਨਹੀਂ। ਸਾਡੇ ਬੱਚੇ ਨਸ਼ਿਆਂ 'ਚ ਆ ਰਹੇ ਨੇ, ਵਿਦੇਸ਼ਾਂ ਨੂੰ ਜਾ ਰਹੇ ਆ, ਇੱਥੇ ਰੁਜ਼ਗਾਰ ਦੀ ਗਰੰਟੀ ਦਾ ਕਾਨੂੰਨ ਵੀ ਬਣਨਾ ਚਾਹੀਦਾ, ਇਹ ਸਾਡੀਆਂ ਮੁੱਖ ਮੰਗਾਂ। ਇਹ ਤੁਹਾਨੂੰ ਲੱਗਦਾ ਨਹੀਂ ਹੈ ਕਿ ਕੇਂਦਰ ਸਰਕਾਰ ਵੱਲੋਂ ਇਹ ਜਿਹੜਾ ਮੀਟਿੰਗਾਂ ਕਰਨ ਦਾ ਜਿਹੜਾ ਰੋਜ਼ ਸਿਲਸਿਲਾ ਜਾਰੀ ਰੱਖਿਆ ਜਾ ਰਿਹਾ ਵਾ, ਇਹ ਮਤਲਬ ਉਸਨੂੰ ਸਮਾਂ ਟਪਾਉਣ ਦੀ ਮਤਲਬ ਨੀਤੀ ਅਪਣਾਈ ਜਾ ਰਹੀ ਹੈ, ਲੋਕ ਰੋਜ਼ ਸ਼ਾਮ ਨੂੰ ਮੀਟਿੰਗ ਰੱਖ ਲਈ ਜਾਂਦੀ ਹੈ, ਪਰ ਉਹ ਮੰਗਾਂ ਜਿਹੜੀਆਂ ਵਾ ਕਿ ਉਹ ਨਹੀਂ ਮੰਨੀਆਂ ਜਾਂਦੀਆਂ, ਬਾਅਦ ਵਿੱਚ ਫਿਰ ਅਗਲੇ ਦਿਨ, ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਜੀ? ਇਸ ਗੱਲਬਾਤ ਦਾ ਕੋਈ ਮਹਿਣਾ ਨਹੀਂ, ਇਹ ਮੂਰਖ ਬਣਾਉਣ ਲਈ ਕਰਦੇ ਆ, ਕਿਉਂਕਿ ਜਦੋਂ ਇਹਨਾਂ ਵਾਅਦਾ ਕੀਤਾ ਸੀ ਜਦੋਂ ਦਿੱਲੀ ਅੰਦੋਲਨ ਚੱਲਿਆ 1 ਸਾਲ, ਵੀ ਆਹ 3 ਕਾਨੂੰਨ ਵਾਪਸ ਲੈ ਲਏ, ਔਰ ਜਿਹੜੇ MSP 'ਤੇ ਗਾਂਹ ਕਾਨੂੰਨ ਬਣਾਵਾਂਗੇ, ਜਿਹੜੇ ਝੂਠੇ ਪਰਚੇ ਦਰਜ ਹੋਏ ਆ ਵਾਪਸ ਹੋਣਗੇ, ਜੇ ਲਖੀਮਪੁਰ ਖੀਰੀ ਕਾਂਡ ਦੇ ਦੋਸ਼ੀ ਸਜ਼ਾ ਹੋਊ ਉਹਨੂੰ ਲਾਗੂ ਕਰੇ। ਹੁਣ ਗੱਲਬਾਤ ਦਾ ਕੀ ਮਤਲਬ ਹੈ? ਹੁਣ ਤਾਂ ਮੂਰਖ ਬਣਾਉਣ ਆਉਂਦੇ ਆ ਵੀ ਆਹ ਫਾਰਮੂਲਾ ਲੈ ਲਓ, ਆਹ ਫਾਰਮੂਲਾ ਲੈ ਲਓ। ਹੁਣ ਜਿੱਦਾਂ ਦੀ ਝੋਨੇ ਦੀ ਫਸਲ ਹੁੰਦੀ, ਇਹਨਾਂ ਜ਼ਮੀਨਾਂ 'ਚ ਤੁਹਾਡੀ ਦਾਲ ਹੋਊਗੀ? ਹੋ ਹੀ ਨਹੀਂ ਸਕਦੀ, ਇੱਥੇ ਨਰਮਾ ਹੁਣ ਉਸ ਹਾਲਤ 'ਚ ਨਹੀਂ ਹੋ ਸਕਦਾ। ਇਸ ਕਰਕੇ ਜਿਹੜੀ ਟੋਟਲ ਸਾਰੇ ਦੇਸ਼ ਦੇ ਵਿੱਚ ਕੋਈ ਵੀ ਫਸਲ ਹੁੰਦੀ ਹੈ, ਚਾਹੇ ਨਾਰੀਅਲ ਦੀ ਹੈ, ਚਾਹੇ ਮਸਾਲਿਆਂ ਦੀ ਹੈ, ਚਾਹੇ ਅਨਾਜ ਦੀ ਹੈ, ਦਾਲਾਂ ਦੀ ਹੈ, ਉਹ
ਉਹਦੇ 'ਤੇ ਗਰੰਟੀ ਕਰੇ ਦੇਸ਼ ਦੇ ਹਰ ਕਿਸਾਨ ਨੂੰ। ਇੱਥੋਂ ਦੇਸ਼ ਦਾ ਹਿੰਦੂ ਕਿਸਾਨ ਸੌਖਾ ਨਹੀਂ ਗਾ, ਉਹਦੀ ਸਾਡੇ ਨੂੰ ਜ਼ਿਆਦਾ ਲੁੱਟ ਹੁੰਦੀ, ਕਿਉਂਕਿ ਯੂਪੀ ਬਿਹਾਰ 'ਚ ਤਾਂ ਬਿਲਕੁਲ ਕੱਖ ਨਹੀਂ ਮਿਲਦਾ ਕਿਸੇ ਨੂੰ। ਸੋ ਇਸ ਕਰਕੇ ਅਸੀਂ ਇਹਨਾਂ ਲੋਕਾਂ ਨੂੰ ਨਾ ਧਰਮ ਦੇ ਨਾਂ 'ਤੇ ਮੂਰਖ ਬਣਾਵੇ ਸਰਕਾਰ, ਨਾ ਇਹਨਾਂ ਗੱਲਾਂ ਬਾਤਾਂ ਉਲਝਾਵੇ, ਅਸਲੀ ਲੋਕਾਂ ਦਾ ਹੱਕ ਦੇਵੇ, ਤਾਂ ਹੀ ਮਸਲੇ ਹੱਲ ਹੁੰਦੇ। ਅੱਜ ਤੁਸੀਂ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪੱਧਰੀ ਦਫ਼ਤਰ ਦੇ ਬਾਹਰ ਧਰਨਾ ਦੇਣ ਆਏ ਜੇ, ਔਰ ਮਤਲਬ ਕੀ ਕਹਿਣਾ ਚਾਹੁੰਦੇ ਔਰ ਤੁਹਾਨੂੰ ਕੀ ਲੱਗਦਾ ਕਿ ਸਰਕਾਰ ਕਦੋਂ ਤੱਕ ਆਪਣੀਆਂ ਮੰਗਾਂ ਜਿਹੜੀਆਂ ਤੁਹਾਡੀਆਂ ਮੰਨਣ ਜਾ ਰਹੀ ਹੈ ਕਿ ਨਹੀਂ ਮੰਨੇਗੀ? ਦੇਖੋ ਜੀ, ਅਸੀਂ ਅੱਜ ਇਹਨੂੰ ਦੱਸਣਾ ਇਹ ਆ ਵੀ ਤੂੰ ਇਹਦਾ ਪੱਕਾ ਨੁਮਾਇੰਦਾ ਵਾ, ਤੇਰੇ ਪਾਰਟੀ ਦੇ ਬੰਦੇ ਆ, ਤੂੰ ਪਿੰਡਾਂ 'ਚ ਜਾਂਦਾ ਵਾ ਅਤੇ ਤੂੰ ਉਹਨਾਂ ਨੂੰ ਸਾਡੀਆਂ ਜਿਹੜੀਆਂ ਮੰਗਾਂ 'ਚ ਦੱਸਣ ਰਿਹਾ ਉਹਦੇ ਬਾਰੇ ਉਹਨਾਂ ਨੂੰ ਦੱਸ ਵੀ ਕਿਸਾਨ ਮਜ਼ਦੂਰ ਮੁਲਾਜ਼ਮ ਸਾਰੇ ਜਿੰਨੇ ਆ ਸਾਰਾ ਵਰਗ ਬਹੁਤ ਔਖੇ ਆ, ਅਤੇ ਇਸ ਕਰਕੇ ਤੂੰ ਇਹਨਾਂ ਨੂੰ ਮੰਨ ਲਾ, ਜੇ ਮੰਨੇਗਾ ਤਾਂ ਠੀਕ ਆ, ਜੇ ਨਹੀਂ ਗਾ ਤਾਂ ਇਹ ਲੜਾਈ ਗਾਂ ਵੱਧਦੀ ਜਾਂਦੀ। ਜੋ ਸਾਨੂੰ ਮੋਰਚੇ ਵਾਲੇ ਦੇਣਗੇ ਗਾਂ, ਅੱਜ ਸਾਨੂੰ ਜਿੱਦਾਂ ਮਗਲਾ ਹੀ ਕੀਤਾ ਵਾ, ਜੋ ਉਹਨਾਂ ਸਾਨੂੰ ਕੀਤੇ ਅਤੇ ਜਿਹੜਾ ਗਾਂ ਦਾ ਸਾਨੂੰ ਕੋਈ ਦੇਣਗੇ ਵੀ ਆਹ ਕੰਮ ਕਰਨਾ, ਅਸੀਂ ਤਕੜੇ ਉਹਦੇ ਮਗਰੇ ਕਰਾਂਗੇ, ਅਤੇ ਬਾਕੀ ਹੁਣ ਇਹਨਾਂ ਨੇ ਸੋਚਣਾ ਵਾ ਵੀ ਅਸੀਂ ਕੀ ਕਰਨਾ, ਕਿਉਂਕਿ ਪਿੰਡਾਂ 'ਚ ਇਹਨਾਂ ਜਾਣਾ ਵਾ, ਫੜਨਾ ਇਹਨਾਂ ਨੂੰ ਲੋਕਾਂ ਨੇ ਇਹਨਾਂ ਦੇ ਦੁਆਲੇ ਆਉਣਾ ਵਾ, ਇਹਨਾਂ ਨੂੰ ਭਜਾਉਣਾ ਵਾ। ਇਸ ਕਰਕੇ ਅਸੀਂ ਇਹਨਾਂ ਨੂੰ ਦੱਸਣਾ ਆ ਵੀ ਆਪਣੇ ਉਹਨਾਂ ਨੂੰ ਸਮਝਾਓ ਵੀ ਮੋਦੀ ਸਾਹਿਬ ਇਸ ਤਰ੍ਹਾਂ ਨਾ ਕਰੇ, ਜਾਂ ਸੁਣ ਲਾ ਇਹਨ ਜਾਂ ਮੰਨੇਗਾ ਤੂੰ ਮੰਨਣਾ ਪੈਣੀ, ਜਾਂ ਤੂੰ ਮੰਨਣਾ ਹੈ ਜੇ ਉਹ ਵੀ ਤੂੰ ਨਹੀਂ ਮੰਨ ਲਿਆ, ਕਾਹਦੀਆਂ ਸਰਕਾਰਾਂ ਬਾਈ, ਕਿਉਂ ਸਿਰ 'ਤੇ ਆ ਗਈ ਆ ਇਲੈਕਸ਼ਨ ਜੀ, ਅਤੇ ਇਹ ਅਸੀਂ ਇਹ ਗੱਲ ਚਾਹੁੰਦੇ ਹਾਂ ਵੀ ਇਹ ਸਾਡੀਆਂ ਮੰਗਾਂ ਮੰਨੇ, ਅਤੇ ਅਸੀਂ ਜੋ ਤੁਹਾਨੂੰ ਇਹ ਦੱਸਿਆ ਇਹ ਸਾਡਾ ਫਰਜ਼ ਆ ਮੇਰੇ ਦਾ। ਤੁਹਾਨੂੰ ਲੱਗਦਾ ਕਿ ਕੇਂਦਰ ਸਰਕਾਰ ਜਿਹੜੀਆਂ ਆਪਣਾ ਰੋਸ ਜਿਹੜਾ ਚੱਲ ਰਿਹਾ ਲੰਮੇ ਸਮੇਂ ਤੋਂ, ਔਰ ਇਹ ਆਉਣ ਵਾਲੀ ਇਲੈਕਸ਼ਨਾਂ ਸਿਰ 'ਤੇ ਆ ਰਹੀਆਂ ਵਾ, ਚੋਣ ਜਾਬਤਾ ਲੱਗਣ ਦਾ ਨਜ਼ਦੀਕ ਆ ਰਿਹਾ ਵਾ, ਕਿ ਇਹ ਸਰਕਾਰ ਜਲਦ ਤੋਂ ਜਲਦ ਤੁਹਾਡੀ ਪ੍ਰਮਾਣ ਕਰ ਲਏਗੀ, ਜੇ ਨਹੀਂ ਕਰਦੀ ਤਾਂ ਹੁਣ ਆਪਣਾ ਅਗਲਾ ਸੰਘਰਸ਼ ਜਿਹੜਾ ਵਾ ਗਾਂ ਕਿਵੇਂ ਦਾ ਰਹੇਗਾ? ਦੇਖੋ ਜੀ, ਇਹਨਾਂ ਦਾ ਤਾਂ ਇਹੋ ਆ ਵੀ ਗਾਂ ਟਪੜਾਈ ਜਾਈਏ, ਉਹਨਾਂ 'ਚ ਉਹਨੂੰ ਚੋਣ ਲੱਗ ਜਾਣਾ ਵਾ। ਅਸਲ 'ਚ ਇਹਨਾਂ ਦੀ ਇਹ ਗੱਲ ਆ ਪਾਰ ਆ ਕਿਨਾਰੇ, ਜੇ ਨਾ ਨਾ ਮੰਨਣਗੇ ਤਾਂ ਇਹਦਾ ਇਹਨੂੰ ਜ਼ਿਆਦਾ ਹੀ ਇਹ ਲੋਕਾਂ ਨੂੰ ਹੁਣ ਤਾਂ ਉੱਠੇ ਨਾ ਕਿਸਾਨ ਦੂਜਿਆ ਹੈਗੇ ਕੁੱਲ ਸਾਰਾ ਦੇਸ਼ ਹੀ ਉੱਠ ਪਏਗਾ, ਕਿਉਂਕਿ ਇਹ ਜਿਹੜੀਆਂ ਨੀਤੀਆਂ ਵਾ ਸਾਰੀਆਂ ਮਜ਼ਦੂਰਾਂ ਦੇ ਮੁਲਾਜ਼ਮਾਂ ਦੇ ਗਰੀਬਾਂ ਦੇ ਹੱਕ ਨਹੀਂ ਗੀਆਂ। ਇਸ ਕਰਕੇ ਜੇ ਨਾ ਮੰਨੇ ਤਾਂ ਫਿਰ ਇਹਨਾਂ ਬਹੁਤ ਹੀ ਘਾਟੇ ਜਾਊਗਾ। ਠੀਕ ਆ, ਜੇ ਇਹ ਮਸ਼ੀਨਾਂ ਨਾਲ ਮੰਨਦਾ ਮੈਂ ਹੇਰਾ ਫੇਰੀ ਮੈਂ ਕਰਕੇ ਮੈਂ ਬਣ ਜੂੰਗਾ, ਇਹਨੂੰ ਇਹ ਮਾਨ ਆ, ਪਰ ਨਹੀਂ, ਲੋਕਾਂ ਦਾ ਜਿਹੜਾ ਹੈਗਾ ਵਾ ਲੋਕ ਜਿਹੜੇ ਉੱਠੇ ਆ ਉਹਨਾਂ ਨੂੰ ਇੱਕ ਦੰਟ ਆਊਗਾ। ਠੀਕ ਆ, ਮਸ਼ੀਨਾਂ ਨਾਲ ਬਣ ਜਾਏ ਜਾਂ ਕਰ ਜੇ ਰਾ ਫਿਰ ਇਹ ਕਰਨ ਡਿਆ ਰੌਲਾ ਪੈਣ ਡਿਆ, ਪਰ ਜਿਹੜਾ ਲੋਕਾਂ ਦਾ ਰੋਹ ਆ ਉਹ ਕਿਤੇ ਠਾਂ ਕਰ ਦੂਗਾ, ਉਹ ਨਹੀਂ ਹੋਣਾ ਅਤੇ ਕਾਹਦਾ ਵਾ ਬਣਿਆ ਫਿਰ ਕਾਹਦਾ ਜੇ ਗਾਲਾਂ ਲੈਣੀਆਂ ਦੇ। ਸੋ ਅਸੀਂ ਇਹ ਚਾਹੁੰਦੇ ਹਾਂ ਵੀ ਇਹਨੂੰ ਅਜੇ ਵੀ ਇਹ ਮੰਨ ਜੇ। ਕਿਸਾਨਾਂ ਦਾ ਰੋਸ ਲਗਾਤਾਰ ਜਾਰੀ ਹੈ, ਹੁਣ ਵੇਖਣਾ ਹੈ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਨੂੰ ਕਦੋਂ ਤੱਕ ਪ੍ਰਵਾਨਗੀ ਦਿੱਤੀ ਜਾਂਦੀ ਹੈ। ਰਮਨ ਚਾਵਲਾ, ਜਗਬਾਣੀ ਟੀਵੀ, ਤਰਨ ਤਾਰਨ।